पटवार ने री जनाब इस टाइम मौजूद है और असना मौजूद है जनाब आर जे शहजाद जनाब माशाल्लाह इंग्लैंड तो आए प्यार मोहब्बत बंडने वाले असा लोग हो बिल्कुल ये गल यारा ने असा यारा पटवारी यारा ने यारा पटवारी असा नाल बंदा जनाब ली एक बार जी करे तो असा 10 बार जी करने वाले लोग हो जीने वारी नूरानी नु चांद आया व मेरे लू लू अंदर मस्ती हमारी छा गई हाय हाय जी बिस्मिल्लाहिर्रहमानिर्रहीम अस्सलाम वालेकुम मैं नुमान मुगल और सदके रे अपना फैमिली यूट्यूब चैनल नुमान मुगल ऑफिशियल उम्मीद करना ठीक ठाक हो सो हरी तरह सो अल्लाह तला ने हिफ्ज़ो अमान चो जी बिल्कुल जनाब इस टाइम असा मौजूद जी हिता है पटवार ने अंदर जनाब नई आबादी टोक फली जनाब गुजरहान ने एरिए असा इस टाइम मौजूद जनाब असा सी अपना एरिया जनाब दसिया है चकसवारी मीरपुर डडियाल असा चलो इस पटवार दसने जनाब पटवार ने एरिए जनाब इस टाइम मौजूद और असा मौजूद जनाब आर जे शहजाद जनाब माशाल्लाह इंग्लैंड तो आए ठीक है अपने एरिया ने विजिट करी जनाब इन्हें असें इनवाइट किया असा जनाब इन्होंने एरिए आया माशाल्लाह इंग्लैंड जिंदगी रिलेटेड पटवार ने मतलब जनाब इन्होंने गल्ला बातें कर सा बाकी जनाब पूरे देसी मोहल्ले अंदर बैठे हैं माशाल्लाह खेतों में बैठे हैं जनाब नज़र मारो इधर जनाब सा चाचे भी मौजूद हैं अनीस भाई साइड कैमरा मारसो जनाब तकी सकने जनाब खूब रौनक मेला लगे जनाब माशाल्लाह सारे असना बैठे हैं असा एक जनाब बूटे छावे थले बैठे हैं बाकी जनाब गल्लां बातें करने जनाब इन अस्सलाम वालेकुम जनाब वालेकुम सलाम जी क्या हाल ठीक हो से ठीक है अल्हम्दुलिल्लाह जी ठीक ठाक तुम सुनाओ खैर करिए अल्हम्दुलिल्लाह अल्लाह का शुक्र है जनाब माशाल्लाह तुसां आए हो इंग्लैंड तो ठीक है कितना टाइम हो गया तुसां इंग्लैंड गए हैं नहीं जनाब 25 साल हो गए जी इंग्लैंड गए हूं जनाब जी ठीक है तकरीबन मतलब है कि साडा इलाका है खिता पठवा जनाब ली ते असां इत्थे जनाब ली रहने हां ते तकरीबन कितना मतलब तुसां बचपन ਤੋਂ ਇੱਥੇ ਗੁਜ਼ਰਿਆ ਸੀ ਨਾ ਬਿਲਕੁਲ ਜੀ ਬਚਪਨ ਇੱਥੇ ਹੀ ਗੁਜ਼ਰਿਆ ਜਨਾਬ ਲਈ ਬਚਪਨ ਇੰਨਾ ਹੀ ਬਾੜੀਆਂ 'ਚ ਖੇੜੀ ਕਾ ਜਵਾਨ ਹੋਇਆ ਇੱਥੇ ਹੀ ਪੜ੍ਹੇ ਲਿਖੇ ਆ ਇੱਥੇ ਸਭ ਕੁਝ ਕੀਤਾ ਜਨਾਬ ਲਈ ਤਾਂ ਬਸ ਇਹ ਰੋਜ਼ੀ ਨੇ ਕੋਈ ਸਿਲਸਿਲੇ 'ਚ ਇੰਗਲੈਂਡ ਦੇ ਨਸੀਬਾਂ 'ਚ ਲਿਖਿਆ ਸੀ ਤਾਂ ਸਾਨੂੰ ਇੰਗਲੈਂਡ ਗਏ ਠੀਕ ਸਹੀ ਹੋਈ ਆ ਤਾਂ ਬਾਕੀ ਜਿਲ੍ਹਾ ਤੁਸੀਂ ਨਵੇਂ ਨਵੇਂ ਇੰਗਲੈਂਡ ਗਏ ਹੋ ਆਪਣਾ ਏਰੀਆ ਛੋੜੀ ਤਾਂ ਕਿਹਦਾ ਲਗਾ ਮਤਲਬ ਹੈ ਕਿ ਜਿਹੜਾ ਨਵਾਂ ਨਵਾਂ ਬੰਦਾ ਇੰਗਲੈਂਡ ਜਾਇਆ ਕੋਈ ਮਤਲਬ ਆਪਣਾ ਘਰ ਛੋੜਨਾ ਆਪਣਾ ਭੈਣਾ ਭਰਾ ਛੋੜਨੇ ਆਪਣੀ ਮਤਲਬ ਹੈ ਮਾਂ ਪਿਓ ਮਤਲਬ ਆਪਣੇ ਮਤਲਬ ਹਰ ਚੀਜ਼ ਛੋੜਨੀ ਹੈ ਕਾਫੀ ਹਾਰਡ ਹੋਣਾ ਕਾਫੀ ਸਟਰਗਲ ਹੋਣੀ ਹੈ ਲੇਕਿਨ ਇੱਕ ਨਿਜ਼ਾਮ ਹੈ ਦੁਨੀਆ ਇੱਕ ਐਸਾ ਜਨਾਬ ਲਈ ਕਿ ਜਿਸਨੇ ਚ ਹਰ ਬੰਦੇ ਕੀ ਜਨਾਬ ਕਰਨਾ ਪੈਣਾ ਕਰਨਾ ਪੈਣਾ ਮਿਹਨਤ ਫਿਰ ਕਬੂਲ ਕਰਨਾ ਪਈ ਗਿਆ ਕਿਆ ਕਰੀਏ ਮਾਸ਼ਾਅੱਲਾ ਅਲਹਮਦੁਲਿਲਾ ਜੀ ਠੀਕ ਹੋਈ ਹੈ ਤਾਂ ਬਾਕੀ ਤੁਸੀਂ ਕਿਤਨਾ ਟਾਈਮ ਇੰਗਲੈਂਡ ਰਹੇ ਉਸ ਤੋਂ ਬਾਅਦ ਮੁੜੀ ਤਾਂ ਆਏ ਹੋ ਮੈਂ ਤਕਰੀਬਨ ਜਨਾਬ ਲਈ ਹੁਣ ਮੈਂ 6 ਮਹੀਨੇ ਵਾਪਸ ਆਇਆ ਹਾਂ 6 ਮਹੀਨੇ ਬਾਅਦ ਫਿਰ ਮੁੜੀ ਆਇਆ ਜੀ ਜੀ ਹਾਂ ਮੈਂ ਪਿਛਲੇ ਸਾਲ ਤੋਂ ਕਿਤਨਾ ਟਾਈਮ ਹੋਈ ਆਇਆ ਹਾਂ ਇੱਥੇ ਤਕਰੀਬਨ ਮੈਂ 6 ਵੀਕ ਹੋ ਗਈਆਂ ਜੀ 6 ਵੀਕ ਹੋਈ ਹੈ ਹੁਣ ਈਦ ਛਿਤ ਕੀਤੀ ਹੈ ਇੱਥੇ ਜਨਾਬ ਲਈ ਆਪਣੇ ਮਾਪੇ ਇੱਥੇ ਮੌਜੂਦ ਹੈ ਦੋਸਤ ਯਾਰ ਪੈਣਾ ਭਰਾ ਉਹਨਾਂ ਨਾਲ ਈਦ ਕੀਤੀ ਹੈ ਤਾਂ ਕਾਫੀ ਮਜ਼ਾ ਆਇਆ ਈਦ ਨਾਲ ਜਨਾਬ ਲਈ ਤੇ ਉਸ ਤੋਂ ਬਾਅਦ ਤੱਕ ਉਹ ਕਣਕਾਂ ਜਿਹੜਾ ਕਪਣਾਉਣੀਆਂ ਵੀ ਲੱਗੀਆਂ ਕਣਕਾਂ ਕਪਣ ਜਨਾਬ ਸੀਜ਼ਨ ਕਣਕਾਂ ਆਇਆ ਜਨਾਬ ਤਾਂ ਬਾਕੀ ਜਨਾਬ ਅਸਾਂ ਇੱਕ ਇਥੇ ਕੋਲ ਗਾਹ ਵੀ ਸੀ ਜਨਾਬ ਅਸਾਂ ਇੱਥੇ ਬੈਠੇ ਆ ਬਾਕੀ ਇਹਨਾਂ ਨੇ ਮੱਲੇਦਾਰ ਜਨਾਬ ਬੈਠੇ ਨੇ ਕੀ ਲੱਗਣੇ ਤੁਸੀਂ ਜੇ ਅਸਾਂ ਬੈਠੇ ਇਹ ਸਾਰੇ ਅਜ਼ੀਜ਼ ਹੈ ਜਨਾਬ ਅਲੀ ਸਾਡੇ ਮਾਸ਼ਾਅੱਲਾ ਤੱਕੋ ਜਨਾਬ ਖੂਬ ਰੌਣਕਾਂ ਜਨਾਬ ਲੱਗੀਆਂ ਮਾਸ਼ਾਅੱਲਾ ਇਹ ਜਨਾਬ ਰੌਣਕਾਂ ਮੇਲੇ ਮੇਣਾ ਜ਼ਿੰਦਗੀ ਚ ਬਹੁਤ ਘੱਟ ਹੀ ਲੱਗਣਾ ਇਹ ਪਠਵਾਲ ਦੀ ਸਾਈਡ ਅੱਛਾ ਤਾਂ ਇਹ ਚੀਜ਼ ਹੈ ਬਿਲਕੁਲ ਜੀ ਸਾਡੇ ਏਰੀਏ ਬਾਅਦ ਕੋਟਲੀ ਮੀਰਪੁਰ ਡੜਿਆ ਸਾਈਡ ਕੋਠੀਆਂ ਕੋਠੀਆਂ ਜਨਾਬ ਦੀ ਨਜ਼ਰ ਹੀ ਸਨ ਇੱਥੇ ਜਨਾਬ ਬਿਲਕੁਲ ਦੇਸੀ ਮਾਹੌਲ ਹੈ ਮਾਸ਼ਾਅੱਲਾ ਲੋਕਾਂ ਦੇ ਪਿਆਰ ਇਤਫਾਕ ਹੈ ਠੀਕ ਹੈ ਲੋਕ ਮਹਿਮਾਨ ਨਵਾਜ਼ ਹਨ ਬਿਲਕੁਲ ਠੀਕ ਹੈ ਤਾਂ ਬਾਕੀ ਲੋਕਾਂ ਸਿੰਪਲ ਮਕਾਨ ਬਣਾਏ ਕੋਠੀਆਂ ਵਗੈਰਾ ਇਧਰ ਕੋਈ ਨਹੀਂ ਬਣਾਈਆਂ ਵਾ ਉਹ ਇਨਸ਼ਾਅੱਲਾ ਸਾਨੂੰ ਡਰੋਨ ਕਲਿੱਪ ਚ ਸਾਨੂੰ ਦੱਸਾਂ ਕਿ ਬਿਲਕੁਲ ਜਨਾਬ ਦੇਸੀ ਮਾਹੌਲ ਹੈ ਜ਼ਿਆਦਾਤਰ ਲੋਕ ਜ਼ਿੰਮੇਦਾਰ ਹਨ ਜਨਾਬ ਤਾਂ ਮਾਸ਼ਾਅੱਲਾ ਜਨਾਬ ਆਪਣੇ ਬੰਦਿਆਂ ਜਿਹੜੇ ਤੁਸੀਂ ਇੱਥੇ ਮਿਲਨੇ ਹੋ ਕਿਹਦਾ ਲੱਗਣਾ ਜਨਾਬ ਬਹੁਤ ਬਹੁਤ ਅੱਛਾ ਜੀ ਇਹ ਤਾਂ ਕੋਈ ਜਨਾਬ ਲਈ ਇੱਕ ਬਰਾਦਰਾਨਾ ਜਿਹਾ ਮਾਹੌਲ ਹੈ ਸਾਡਾ ਅਸਾਂ ਨੇ ਕੋਈ ਸਿਸਟਮ ਕੋ ਨਹੀਂ ਅਸਾਂ ਜਿਹੜਾ ਅਸ਼ਨੇ ਆ ਅਸਾਂ ਨਹੀਂ ਵੈਲਕਮ ਕਰਨੇ ਬਸ ਬਿਲਕੁਲ ਇੱਕ ਜਾਈ ਅਸਾਂ ਬਈ ਤੇ ਖਾਣੇ ਆ ਕੋਈ ਮਤਲਬ ਹੈ ਅਸੀਂ ਫੀਲਿੰਗ ਹੀ ਨਹੀਂ ਕਦਾ ਹੋਈ ਦਿਲਾਂ ਚ ਤੇ ਨਾ ਇਹਨਾਂ ਬੰਦਿਆਂ ਕਦਾ ਫੀਲਿੰਗ ਰੱਖੀ ਤੇ ਨਾ ਉਸਨੇ ਦਿਲਾਂ ਚ ਕੋਈ ਫੀਲਿੰਗ ਰੱਖੀ ਬੰਦੇ ਹੋਣੇ ਨੇ ਬਾਜੀ ਸਿੱਧੀ ਗੱਲ ਹੈ ਬਾਹਰ ਚਲੇ ਗਏ ਛਣ ਤਾਂ ਬੰਦੇ ਆਪਣੇ ਆਪਾਂ ਹੀ ਕੁਝ ਸਮਝਣ ਲਈ ਬਣੇ ਬਿਲਕੁਲ ਇਹ ਗੱਲ ਜਿਹੜੀ ਮਤਲਬ ਹੈ ਕਿ ਅਸਾਂ ਕੀ ਇਹ ਚੀਜ਼ ਨਹੀਂ ਪਸੰਦ ਅਸਾਂ ਇੱਕ ਜਾਈ ਬਣੇ ਆ ਬੁਨ ਵੈ ਬਈ ਬੁਨ ਬਈ ਦਿਖਾਈ ਨੇ ਅੱਜ ਦੀ ਅੱਲਾਹ ਤਾਲਾ ਕੀ ਪਸੰਦ ਹੈ ਅਸਾਂ ਅੱਜ ਦੇ ਲੋਕ ਆ ਅੱਲਾਹ ਤਾਲਾ ਨੇ ਇਤਨਾ ਕਰਮ ਆਇਆ ਕਿ ਅਲਹਮਦੁਲਿਲਾ ਸਹੀ ਅਸਾਂ ਮਤਲਬ ਹੈ ਕਿ ਮਾਸ਼ਾਅੱਲਾ ਜੀ ਬਹੁਤ ਅੱਛੀ ਗੱਲ ਕੀਤੀ ਹੈ ਮਸ਼ਲਾ ਪਟਵਾਰ ਨੇ ਲੋਕ ਜਨਾਬ ਮਾਸ਼ਾਅੱਲਾ ਹੈ ਹੀ ਅੱਛੇ ਨੇ ਬਾਕੀ ਜ਼ਿੰਮੇਦਾਰ ਹਨ ਜਨਾਬ ਕਾਫੀ ਇੱਥੇ ਜ਼ਿਆਦਾਤਰ ਕੀ ਮਤਲਬ ਲੋਕਾਂ ਦੀ ਖੁਰਾਕ ਹੈ ਇੱਥੇ ਮਤਲਬ ਹੈ ਕਿ ਫਸਲਾਂ ਦੇ ਲਿਹਾਜ਼ ਨਾਲ ਇਹ ਜਿਹੜਾ ਖੇਤਾ ਪਟਵਾਰ ਹੈ ਸਾਡਾ ਇਹ ਬਹੁਤ ਮਸ਼ਹੂਰ ਸੀ ਪਹਿਲੇ ਮੂੰਗਫਲੀ ਦੇ ਲਿਹਾਜ਼ ਨਾਲ ਠੀਕ ਹੈ ਨਾ ਜੀ ਇਸ ਇਲਾਕੇ ਸਾਡੇ ਜੀ ਮੂੰਗਫਲੀ ਬਹੁਤ ਜ਼ਿਆਦਾ ਹੋਣੀ ਹੁੰਦੀ ਹੁਣ ਜੈਸਾ ਕਿ ਤੁਸੀਂ ਪਤਾ ਕਿ ਯੰਗ ਜਨਰੇਸ਼ਨ ਜਿਹੜੀ ਹੈ ਨਾ ਉਹ ਥੋੜੀ ਜੀ ਮਤਲਬ ਹੈ ਕਿ ਨਏ ਦੌਰ ਦੇ ਮੁਤਾਬਕ ਨਏ ਦੌਰ ਦੇ ਮੁਤਾਬਕ ਹੋਈ ਕਿ ਮੂੰਗਫਲੀ ਜਿਹੜੀ ਫਸਲ ਹੈ ਉਸਨੇ ਮਿਹਨਤ ਜ਼ਿਆਦਾ ਹੋਣੀ ਹੈ ਉਹ ਥੋੜੀ ਜੀ ਘੱਟ ਹੋਏਗੀ ਲੇਕਿਨ ਸੀਜ਼ਨੇਬਲ ਇਚਰਾ ਵੀ ਹੋਣੀ ਹੈ ਠੀਕ ਹੈ ਤਾਂ ਹੁਣ ਤੱਕ ਕੋ ਗੰਦਮ ਨਹੀਂ ਕਟਾਈ ਸ਼ੁਰੂ ਹੈ ਪੂਰਾ ਲੱਗਾ ਅੱਛਾ ਇਹ ਫਸਲਾਂ ਦੇ ਅੰਦਰ ਗੰਦਮ ਮਕਈ ਬਾਜਾ ਸਾਰਾ ਕੁਝ ਹੋਣਾ ਬਿਲਕੁਲ ਜੀ ਹੈ ਤੱਕੋ ਜਨਾਬ ਲਈ ਹੁਣ ਕਣਕਾਂ ਖਤਮ ਹੋਈਆਂ ਗੜਸਨ ਇਸ ਮੱਕ ਰੜੀ ਜਾਂ ਸੀ ਫਿਰ ਕਿਆ ਹੀ ਬਾਤਾਂ ਉਸਨ ਮੱਕਾ ਨਹੀਂ ਛਲੀਆਂ
इंग्लैंड जो कुछ मर्जी इंग्लैंड गए कड़े मतलब अपने एरिए पसंद कर रहे हो इंग्लैंड की छोड़ी दे मतलब इंग्लैंड किस नजर ना तकने हो मतलब इंग्लैंड भी ठीक है अच्छी कंट्री है मतलब हर चीज रहने फैमिली उथे लेकिन असा की अपने मुल्क अपने खिता पठवार अपने मतलब किसी इलाके बहुत ज्यादा प्यार है हर वेला मिस करने रहना तो थैंक यू तुसा ना जनाब अली बहुत बड़ा कि जरा तुसा जाने हो विलोक बनाने हो जनाब अली अगे पिछे जिस तरह ने आयो साढ़े खिता पठवार ने लोग जनाब अली ओवरसीज बैठे हो सन इंशाल्लाह इंशाल्लाह मतलब दुबई भी बैठे हो सन सऊदिया भी बैठे हो सन इंग्लैंड भी बैठे हो सन हर कंट्री च बैठे हो सन लेकिन जिसल वीडियो जासी तक सन अपने माहौल की तक सन तुसा ना थैंक यू अगैन जरा कवरेज देने पे लगे इस गलू भी याद है कि असन एरिया जो चकसुआरी मीट पर डड़ियाल है उस एरिया ने काफी ज्यादा बंदे इंग्लैंड होने ठीक है बिल्कुल इस एरिया ने भी सारा बार इंग्लैंड असन असल च इंग्लैंड खिता पठवार ने मतलब है कि अगर मीरपुर ना लाया गया ने साहब तो मीरपुर च ने बंदे बहुत ज्यादा है ठीक है जी ते अगर परसेंटेज लाया गया चढ़ना तो तकरीबन मैं ये कह सकना जनाब खिता पठवार ने 30% बंदे जेड़े ना यूके च मुकीम है वे बाकी तकरीबन सारा माशाला मीरपुर ही है उत्थे मतलब असा भी रहने जनाब अली भैणा भरा तुसा भी साढ़े भैणा भरा हो तुसा केड़ा बखरे हो बिल्कुल बस असा भैणा भरा रहने जनाब अली उत्थे भी जनाब अली प्यार मोहब्बत बंडने वाले असा लोक हां बिल्कुल यारां ने असा यारां पठवारी यारां ने यारां पठवारी ते असा नाल बंदा जनाब अली एक बार जी करे तो असा 10 बार जी करने वाले लोक हां माशाल्लाह जनाब मजलिस तां लगी हुई है ठीक है बाकी जनाब असा चाचा और मौजूद है चाचा और जिक्र किया माशाल्लाह शहजाद साहब हो के चाचा और पठवारी शेर ने असा पठवार ने अंदर आए और शेर ना ना सुना बिल्कुल ये माड़ी गल है चाचा क्या नाम सुनो ना जी मोहम्मद तनवीर मोहम्मद तनवीर चाचा जरा बिस्मिल्लाह करो हो अल्लाह रहमान रहीम पठवारी मीठी जुबान जनाब मौला करम करिया ते भरम रखिया मौला करम करिया ते भरम रखिया तेरा नाम लैके महफल आगाज करना मैं खाकी ते कीए मजल मेरी गला घोट के उची हवाज करना तेरा नाम लैके शाज करना तेरा नाम लैके उची परवाज करना माशाल्लाह रखी लज सई रहीम दी या मौला बंदा तेरा या ता तेरे ते नाज करना ए सीने वारी नूरानी नु चांद आया व मेरे लू लू अंदर मस्ती खमारी छा गई ओ बेसाब दामू ती बोली तूने हाय भला होया जे आफत दी वबारी आ गई माशाल्लाह जनाब पठवारिया ने चाह भी आई है जनाब देसी माहौल कैसी बड़ी चाह जी जनाब री देसी माहौल तको बैठे हैं जनाब अली बाड़ी विच देसी माहौल ए सुकून को लफ्ज़ी है तको पर बूटे ने जनाब रमेश भाई तरह दसे बूटा भी माशाल्लाह बूटे छावा तले बैठे भाई ये जो माहौल तो किन्ने लबन लगा देश परदेश विच बैठे हो इस्लामगढ़ देश परदेश नहीं माहौल लगना ये जो माहौल होटला विच मिल लबना जड़ा के खेतों विच है तको जनाब अली मजा सुकून माहौल है तको गप शप नाल चलनी है नाल चाह पी रिया अपना ही मजा आया जी बिल्कुल जनाब माशाल्लाह आज असा जी पठवार ने अंदर माशाल्लाह जनाब ए ग्रांस थी जनाब डोक फली नई आबादी इंशाल्लाह साड़ी कोशिश है कि असा पठवार ने सारे एरिए कवर करा क्योंकि अपने एरिए से सारे दसे ने इंशाल्लाह हुन पठवार कवर कर सा इंशाल्लाह इसने करीबी जनाब जो इलाके लगने ने इत्थे कोल जड़ा गुजर खान जब्बर बेवल पठवार पसंद है इंशाल्लाह कोशिश की पठवार कवर करा इंशाल्लाह अगली वीडियो सही जनाब लफसी वीडियो माशाल्लाह इस टाइम इथी असा जनाब खेतों में अपनी वीडियो ने करने हैं ठीक है जनाब बहुत शुक्रिया जनाब तुसने प्यार मोहब्बत थैंक यू वेरी मच वंस अगेन बाकी जनाब सारे ने बहुत शुक्रिया जनाब पठवार ने तको जी सारे जनाब सारे दोस्त मौजूद सन माशाल्लाह बहुत ही इन्हें प्यार दिता जनाब तो आज इतनी वीडियो ना करने जनाब असाए जो पिना भरा बुजुर्ग दोस्त साढ़े यूट्यूब चैनल पर नवे साढ़े यूट्यूब चैनल जनाब सब्सक्राइब करती घंटे मिनट की लाजमी क्लिक करें ताकि नेक्स्ट वीडियो लाओ नोटिफिकेशन बस मिली जाए मेरे बहुत जल्द उस नई वीडियो अपना बहुत ख्याल रखे दुआ में याद रखे अल्लाह सुनने वाले।